And the Akhand
Thank you.
ਦੋ ਵਾਰੀ ਜਵਾਬ ਦਿੱਤਾ ਇੱਕ ਉਹਨਾਂ ਦੇ ਪੁੱਤਰਾਂ
ਉੱਪਰ ਕਰਦੇ ਬਾਬਾ ਸੰਤਾਂ ਨੇ ਬਹਿਣਾ ਹੁੰਦਾ ਤੇ ਉੱਥੇ ਤੁਸੀਂ ਉੱਥੇ ਰੱਖ ਲੈਂਦੇ ਬਾਬਾ ਚੱਕ ਲੈਂਦੇ ਕਿਹੜਾ ਉੱਥੇ ਨੂੰ ਪੱਕਾ ਲਾਉਂਦਾ ਨਹੀਂ ਉਹ ਨਾ ਮੁਰਗੀ ਬਾਬੇ ਜੀ ਬਣਾਉਂਦੇ ਆ ਨਹੀਂ ਆ ਤੁਸੀਂ ਕਹਿ ਦੋ ਚੱਕ ਲੈਣੇ ਮਾੜਾ ਮੋਟਾ ਹਥਿਆਰ ਸਾਡੇ
Thank you.
ਚੰਗਾ ਨਾਮ ਖਾਏ ਕਹਿ ਜਗੀਰ ਜਗਲੇ
अखंड
ਸਤੀ ਕਾਲ ਸਾਹ ਜੋਰ ਬੈਠਾ ਕੋਏ ਨਾਨਕ ਸਮਨੀ ਜਨਾ ਕੋਏ ਰਾਤੀ ਰਤੀ ਦਿੱਤੀ ਵਾਰ ਪਰ ਪਣੀ ਮਾਤਾਲ ਸੁਣ ਧਾਤੀ ਲਖਾ ਪਟੀ ਧਰਮ ਸਾਲ ਸੁਣ ਜੀਤ ਜੁਸ ਕੇ ਰੰਗ ਤਿਨਕੇ ਨਾਮ ਨਿਰੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਜਾ ਸੱਚਾ ਦਰਬਾਰ ਹਰ ਕੋਮਲ ਪੰਚ ਪ੍ਰਮਾਣ ਦੇ ਕਰ ਪਵੈ ਨਿਸਾਰ ਕੱਚ ਪਕਾਈ ਉੱਤੇ ਪਾਏ ਰੰਗ ਜਤ ਜਾਏ ਧਰਮ ਖੰਡ ਕਰਾਏ ਗੁਰ ਧਰਮ ਗਿਆਨ ਖੰਡ ਕਰ ਤੁਮ ਕਰਮ ਕੀਤੇ ਪਣ ਪਾਣੀ ਕਰ ਸੰਤ ਕੀਤੇ ਕਾਮੇਸ਼ ਕੀਤੇ ਪਰਮੇ ਕਾਲਤ ਕੜੀ ਰਹਿ ਨੂਰੰਗ ਦੇ ਵੇਸ ਕੀਤੀਆ ਕਰ ਭੂਮੀ ਕਰ ਕੀਤੇ ਕੀਤੇ ਭੂਪ ਦੇਸ ਕੀਤੇ ਇੰਡ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਧ ਬੁੱਧ ਨਾਮ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਤਾ ਨਮ ਕੀਤੇ ਕੀਤੇ ਰਤਨ ਸਮੁੰਦ ਕੀਤੀਆ ਥਾਣੀ ਕੀਤੇ ਸਤਿੰਦਰ ਦਿੱਤਿਆ ਸੁਰਤੀ ਸਿਵ ਕੀਤੇ ਅੰਤ ਗਿਆਨ ਰਮ ਸੇ ਮਨ ਮਾਏ ਕਥਾ ਪਾਤਰ ਸੇ ਕੇ ਲੋਕ ਅੰਤ ਸੱਚਾ ਮਨ ਸੋਏ ਸੱਚਖੰਡ ਸਹਿ ਅਹੰਕਾਰ ਕਰ ਵੇਖੇ ਅਗਨਿ ਹਾਲ ਕਥਾ ਖੰਡ ਮੰਡਲ ਵਰ ਭੰਡ ਦੇਵੋ ਬਚਾ ਤਾਤਰੈ ਅੰਤ ਕਥਾ ਜੋ ਲੋਕਾਕਾਰ ਦਿਵਯ ਚਕਾਰ ਵੇਖਿਆ ਵਿਸੈ ਕਰ ਵਿਚਾਰ ਨਾਨਕ ਕਰਨਾ ਦਰੜਾ ਸਾਰ ਜਤ ਪਹਾਰਾ ਧੀਰ ਸੁਣਿਆਰ ਆਖਣ ਮਤ ਵੇ ਲੰਦੀ ਹਾਰ ਭਾਉ ਕਲਾਇ ਸਤਾਉ ਭਾਂਡਾ ਭਾਉ ਕੰਗਰ ਸਤ ਢਾਲ ਘੜੀ ਹੈ ਸਭ ਸੱਚੀ ਟਕਸਾਲ ਦਿਨ ਪਉ ਨਦਰ ਕਰਮ ਸਰਕਾਰ ਨਾਨਕ ਨਦ ਦੀਨ ਕਰ ਨਿਹਾਲ ਸਲੋਕ ਭਵਨ ਗੁਰੂ ਪਾਂਚਤਾ
ਫਰੀ ਹੋਣਾ ਦਾ ਕੰਮ ਸਰਕਾਰ ਨੇ ਛੱਡ ਦੇਣਾ ਨਹੀਂ ਉੱਥੇ ਜੀ ਬੱਚਾ ਹੋਰ ਵੀ ਲੱਗਦਾ ਜਿਹੜੇ ਨੇਟਿਵਸ ਨੇ ਹਰ ਥਾਂ ਤੇ ਉਹ ਮਾਰੀ ਇਸ ਕਰਕੇ ਖਾ ਰਹੇ ਨੇ ਫਰੀ ਮੈਂ ਮਤਲਬ ਕਿ ਆਸਟ੍ਰੇਲੀਆ ਨੇਟਿਵ ਸਟੱਡੀ ਕੀਤੇ ਚਾਰ ਦੇਸ਼ਾਂ 'ਚ ਤਾਂ ਮੈਂ ਕੀਤੇ ਨੇ ਜਿਹਨਾਂ ਨੂੰ ਮੈਂ ਸਟੱਡੀ ਕਰਨ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਸੈਟਿੰਗ ਕਿੱਥੇ ਹੋਈ ਆ ਫਿਰ ਹੀ ਮੈਨੂੰ ਲੱਗਿਆ ਕਿ ਸਾਨੂੰ ਪੰਜਾਬ ਲਈ ਕਿਵੇਂ ਕੰਮ ਕਰਨਾ ਮੈਨੂੰ ਮੈਂ ਤਾਂ ਅਗਲੇ ਪਹਿਲਾਂ ਕਹਿ ਦਿੰਦਾ ਜੋ ਆਦਮੀ ਪਹਿਲਾਂ ਕੰਮ ਲਾ Thank you.
सब तेरी बढ़िया
ਆਇਓ ਤਹਾਂ ਤਹਾਂ ਰਸ਼ੇ ਵਾਲੇ ਆਇਤ ਦੇਖਦੇ ਹੋ ਫਤਿਹ ਮਰਦਗੀ ਪੈਦ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇਕ ਖਲ ਸਨ ਕੇ ਬੋਲ ਵਾਲੇ ਬੋਲਣਾ ਜੀ ਆਪ ਜੀ ਦੇ ਗੁਰਸਿੱਖਾਂ ਦਾ ਮੰਨੀ ਵਾ ਮਤੂ ਜੀ ਮਤ ਪਦ ਕੀ ਰਾਖੀ ਨਾ ਵਾ ਅਕਾਲ ਪੁਰਖ ਮਹਾਰਾਜ ਆਪ ਦੀ ਦਰਸ਼ਨਾਂ ਦੀ ਗੁਰਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਸ਼ਦਾਨ ਹਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੂ ਜੁਗੂ ਅਟਲ ਧੰਮ ਕਾ ਜੈਕਾਰ ਬੋਲਣਾ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕੋਲੋਂ ਦਸ ਅਰਦਾਸ ਬੇਨਤੀ ਹੈ ਚਰਨਾਂ ਦੀ ਪ੍ਰੀਤ ਸਿੱਖੀ ਜੀਵਨ ਨਾਮਦਾਨ ਦੀ ਸਰਬਲਕਸ਼ਣੀ ਪਾਤਸ਼ਾਹ ਸਿਰ ਪਰਿਵਾਰ ਵਾਲੀ ਰੁਮਾਲੇ ਸਾਹਿਬ ਕਾਰ ਕਰੋ ਸਿਰ ਕੰਮ ਦੇ ਲੋਕ ਕਰੋ ਕਰਦੇ ਕਰਦੇ ਪਾਤਸ਼ਾਹ ਜੀ ਮਾਤਾ ਪਿਤਾ ਦੀ ਆਗਿਆ ਕਾਰਤਾ ਰੋਸ਼ਨੀ ਮਿੱਤਰਾਂ ਦਾ ਨਾਮ ਰੋਸ਼ਨਾ ਦੇਸ਼ ਕੌਮ ਦਾ ਪਿਆਰ ਰੋਸ਼ਨਾ ਚਰਨਾਂ ਨਾਲ ਜੋੜਨਾ ਬਾਣੀ ਨਾਲ ਜੋੜਨਾ ਪ੍ਰਭਾਵ ਦੇਹ ਨੂੰ ਚਾਹੇ ਨਕਸ਼ਾ ਰੋਸ਼ਨੀ ਜੀ ਹਜ਼ੂਰੀ ਅੰਦਰ ਪ੍ਰਭਾ ਪ੍ਰਸ਼ਾਦ ਦੇਵ ਅੰਦਰ ਦਾ ਸਾਲ ਸੱਚੇ ਹਾਜ਼ਰ ਹੈ ਕਰੀ ਪਾਤਸ਼ਾਹ ਹਰ ਰਹਿ ਸ਼ਿਵ ਪ੍ਰਸ਼ਾਦ ਸੁਰਸਾ ਨੂੰ ਕੁਝ ਵਕਤ ਦੇ ਸਕੇ ਦੇਵ ਕੋਲ ਘਟਾਵਾਂ ਦਾ ਪਰਿਵਾਰ ਨੂੰ ਸੋਨਾ ਦੇ ਦਾ ਪਰਿਵਾਰ ਸੁਰੂ ਦਾ ਨਗਰ ਕੇ ਸੁਰੂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਜੇ ਸੋ ਚੰਗਾ ਹੈ ਸੂਰਜ ਚੜ੍ਹੇ ਹੋਇਆ ਉਹ ਜਿਹੜੀਆਂ ਮੂਲੀਆਂ ਉੱਥੇ ਲਾ ਕੇ
ਜੀਵਨ ਤੋਂ ਸਰੀਰ ਤੱਕ ਵਾਇਸ ਵਸਦਾ ਤਾਂ ਕਿ ਸਮਝ ਆਈ ਰਹੇ ਬਚਪਨ ਵੇਲੇ ਕਿ ਆਮਦਾਇਕ ਆਪਣਾ ਸੁਤੰਤਰ ਹੈ, ਜਵਾਨੀ ਵੇਲੇ ਆਪਣਾ ਸੁਤੰਤਰ ਹੈ, ਬਜ਼ੁਰਗੀ ਵੇਲੇ ਆਪਣਾ ਸੁਤੰਤਰ ਹੈ, ਮੌਤ ਦੇ ਦਾਖੇ ਆਪਣਾ ਸੁਤੰਤਰ ਹੈ, ਜਨਮ ਦੇ ਆਪਣਾ ਸੁਤੰਤਰ ਹੈ, ਤਾਂ ਇਸ ਸਾਰੇ ਪ੍ਰੋਜੈਕਟ ਫਾਈਲ ਨੂੰ ਜਿਹੜਾ ਡੀਲ ਕਰਦਾ ਗੋਬਿੰਦ ਦਾ ਉਹ ਸਭ ਦੀ ਰੱਖਿਆ ਕਰਨ ਵਾਲਾ ਦੋ ਨਾਮ ਪ੍ਰਿਥਵੀ ਦਾ ਵੀ ਹੁੰਦਾ ਹੈ, ਦੋ ਨਾਮ ਇੰਦਰ ਦਾ ਵੀ ਹੁੰਦਾ ਹੈ, ਤਾਂ ਬ੍ਰਹਿਮੰਡ ਤੋਂ ਲੈ ਕੇ ਖੰਡ ਦਾ ਸ਼ਖੰਡ ਤੋਂ ਦੇ ਵਿੱਚ ਦੁਨੀਆਂ ਸੇਵ ਕਮਾਈ ਹੈ, ਦਰਸ਼ਨ ਪਾਈ ਹੈ, ਇਹ ਸੰਤੁਸ਼ਟਤਾ, ਇਹ ਆਨੰਦ, ਇਹ ਪ੍ਰਸੰਨਤਾ ਤੇਰੇ ਜੀਵਨ 'ਚ ਬਿਮਾਰੀ ਆਈ ਵੀ ਉਸਨੂੰ ਡਿਸਕਨੈਕਟ ਕਰ ਦੇਗੀ, ਉਹ ਬਿਮਾਰੀ ਨੂੰ ਬਿਮਾਰੀ ਦੇ ਤੌਰ 'ਤੇ ਪੇਸ਼ ਨਹੀਂ ਹੋਣ ਦੇਗੀ, ਸਗੋਂ ਤੰਦਰੁਸਤ ਜੀਦਾ ਇੱਕ ਨਵਾਂ ਫੈਡਰਲ ਪੁਆਇੰਟ ਪੇਸ਼ ਕਰ ਦੇਗੀ, ਇਸ ਨੂੰ ਤਜਰਬਾ ਕਿਹਾ ਜਾਂਦਾ ਹੈ। ਦੂਜਿਆਂ ਦੇ ਲਈ ਧਿਆਨ ਨੂੰ ਆਏਗੀ ਕਿ ਥੋੜ੍ਹਾ ਖਾਣਾ, ਥੋੜ੍ਹਾ ਸੌਣਾ, ਰੱਬ ਦਾ ਨਾਮ ਲਿਖਣਾ, ਬਸ ਲਿਖੀ ਰਸ ਖਾਣਾ, ਥੋੜ੍ਹਾ ਸਵੇ, ਥੋੜ੍ਹਾ ਹੀ ਖਾਓ, ਇਸ ਆਏਗੀ ਮਾਤਾ ਮਾਤ ਪਿਤਾ ਸੰਤੋਖ ਸਤ ਪਾਈ ਹੈ ਜੋ ਗੁੱਸੇ, ਇਹ ਹਰ ਜਗ੍ਹਾ 'ਤੇ ਧਿਆਨ ਦਵਾਏਗੀ ਕਿ ਇੱਕ ਜੀਵਨ ਆ ਰਹੇ ਹਨ ਉਹਨਾਂ ਨੂੰ ਪਿਆਰ ਕਰ, ਇੱਕ ਜੀਵਨ ਜਾ ਰਹੇ ਹਨ ਉਹਨਾਂ ਦਾ ਸਤਿਕਾਰ ਕਰ, ਨਾਲ ਇਹ ਨਵੀਂ ਪਸੰਦ ਰੁੱਤ ਦਾ ਅਹਿਸਾਸ ਕਰ ਕਿ ਇਹ ਬਲਮ ਦੇ ਤਜ਼ਰਬੇ ਲਈ ਜਿਹੜੇ ਜੀਵਨ ਬਸੰਤ ਰੁੱਤ ਦੇ ਗੁਰੂਆਂ ਵਾਂਗੂ ਆ ਰਹੇ ਨੇ ਉਹਨਾਂ ਦੇ ਅੰਦਰ ਇਹ ਤਜ਼ਰਬੇ ਜੁੜ ਜਾਣ, ਇਹਦੇ ਲਈ ਦੁਆ ਕਰ। ਜਿਵੇਂ ਜਿਵੇਂ ਦੁਆ ਕਰੇਗਾ ਤਾਂ ਜਿਸ ਸਮਾਜ ਵਿੱਚ ਰਹਿ ਗਿਆ ਫਿਰ ਵਾਈਸ ਵਰਸਾ ਹੋ ਜਾਂਦਾ ਹੈ, ਇੱਕ ਕਿਸੇ ਦੇ ਘਰ ਜਾ ਕੇ ਪਰਿਵਾਰ ਬਣ ਜਾਂਦਾ ਹੈ, ਇੱਕ ਕੋਈ ਘਰ ਆ ਕੇ ਪਰਿਵਾਰ ਬਣ ਜਾਂਦਾ ਹੈ। ਦੁਖਾਂ ਸਾਡਾ ਇਹ ਹੁੰਦਾ ਹੈ ਕਿ ਜਦੋਂ ਘਰ ਵਿੱਚ ਭੈਣ ਭਰਾ ਇਕੱਠੇ ਹਾਂ ਤਾਂ ਆਪਣੇ ਬਾਪ ਮਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਹਾਂ, ਜਦੋਂ ਆਪਣੇ ਘਰ ਪਰਿਵਾਰ ਬਣ ਜਾਂਦੇ ਨੇ ਫਿਰ ਉਹਨਾਂ ਦੀ ਵੰਡੀਆਂ ਪਾਉਣ ਲੱਗ ਜਾਂਦੇ ਹਨ। ਕਿਸੇ ਪਰਿਵਾਰ ਵਿੱਚ ਆਲੇ ਵਾਂਗੂ ਰਹਿਣਾ ਸਾਨੂੰ ਆ ਜਾਵੇ ਤਾਂ ਜਿੰਨਾ ਕੁਝ ਅਸੀਂ ਵੰਡੀ ਹੀ ਉਹਦੇ ਵਿੱਚ ਲਾਲ ਲਾ ਕੇ ਕੁਦਰਤ ਦਾ ਨੁਕਸਾਨ ਕਰ ਰਹੇ ਹਾਂ ਇਹ ਵੀ ਸਾਨੂੰ ਸਮਝ ਆ ਸਕੇ। ਪੱਥਰ ਕਿਸੇ ਨੇ ਚੱਲਣੇ ਨਹੀਂ, ਇੱਟਾਂ ਨੇ ਕਿਸੇ ਨੂੰ ਸੁੱਖ ਨਹੀਂ ਦੇਣਾ, ਦਰਖਤ ਦੀ ਛਾਂ ਦੇ ਸੁੱਖ ਦੇਵੇਗੀ, ਪੰਛੀਆਂ ਨੂੰ ਆਲਣੇ ਦੇਵੇਗੀ, ਈਕੋਲੋਜੀ ਨੂੰ ਸੈੱਟ ਕਰਨ ਵਾਸਤੇ ਆਕਸੀਜਨ ਤੋਂ ਵਾਟਰ ਕੰਪੋਸੀਸ਼ਨ ਕਰੇਗੀ, ਤਾਂ ਕਿ ਕੁਦਰਤ ਦਾ ਐਸਾ ਸਰਕਲ ਜਿਹਨੂੰ ਵਸਾਉਣ ਲਈ ਬਣਾਉਣ ਲਈ ਗਾਰਡਨ ਨੂੰ ਲੱਖਾਂ ਅਰਬਾਂ ਸਾਲ ਲੱਗੇ, ਸਾਡੀ ਸਾਇੰਸ ਮੰਗਦੀ ਹੈ, ਪਰ ਅੱਜ ਅਸੀਂ ਉਹਨੂੰ ਬਰਬਾਦ ਕਰਨ ਲਈ ਅਲਟਰਾ ਵਾਇਲਟ ਰੇਸ ਤੋਂ ਵਧਦੇ ਜਾ ਰਹੇ ਹਾਂ। ਅਜਿਹੀਆਂ ਰੇਸ ਤੋਂ ਲੋਕ ਨੂੰ ਸਕਿਓਰਟੀ ਦੇਣ ਲਈ ਨਹੀਂ ਕਰੇਗਾ ਕਿ ਮੈਂ ਕਿਸੇ ਚੰਗੇ ਸਿਧਾਂਤ ਨਾਲ ਜੁੜ ਕੇ ਆਪਣੀ ਕਮਾਈ ਦਾ 50% ਜਿਹੜਾ ਹੈ ਉਹ ਨੇਚਰ ਦੀ ਸਰਵਾਈਵਿੰਗ ਕੰਸਰਨ ਲਈ ਯੂਜ ਕੀਤਾ ਹੈ, 10% ਸੋਸਾਇਟੀ ਲਈ ਯੂਜ ਕੀਤਾ ਹੈ, 2% ਕਮਿਊਨਿਟੀ ਲਈ ਯੂਜ ਕੀਤਾ ਹੈ, ਘਰ 'ਤੇ ਚੰਗੀ ਜਾਣਾ ਹੈ, ਟੁੱਟੀ ਛੱਤ ਵਾਲੇ ਨੂੰ ਵੀ 2 ਵਾਕਰ ਦੀ ਰੋਟੀ ਮਿਲੀ ਜਾਂਦੀ ਹੈ, ਕੌਣ ਹੈ ਜਿਹੜਾ ਭੁੱਖਾ ਪੈਂਦਾ, ਸਗੋਂ ਜੇ ਭੁੱਖਾ ਪੈਂਦਾ ਤਾਂ ਉਹਦੇ ਵੀ ਪਰਵਾਰ ਹੋ ਜਾਂਦਾ ਕਹਿੰਦੇ ਪਰਹੇਜ਼ ਸੰਗਤ। ਸ਼ਾਇਦ ਰੱਬ ਨੇ ਮੇਰੇ ਜੀਵਨ 'ਚੋਂ ਬੇਕਾਰ ਕੱਢਣ ਵਾਸਤੇ ਤੰਦਰੁਸਤੀ ਦਾ ਅੰਗ ਦਿੱਤਾ ਹੋਵੇ, ਪਰ ਜਿਸ ਤਰ੍ਹਾਂ ਦਾ ਸਾਡਾ ਮੀਡੀਆ, ਜਿਸ ਤਰ੍ਹਾਂ ਦਾ ਸਾਡੇ ਖਾਸ ਗਰੀਬੀ ਬਹੁਤ ਅੰਗਲਾ ਹੋ ਗਿਆ ਪਿਆ, ਅੱਜ ਰੱਬ ਦੀ ਪਤਲ ਕਿਹੜੀ ਮਾਰ ਪਈ ਹੋਈ ਹੈ, ਤਾਂ ਇਸ ਚੀਜ਼ ਨੇ ਕੀ ਕੀਤਾ ਕਿ ਗਰੀਬੀ ਦੀ ਗਦਾ ਜਿਹੜੀ ਸੀ ਗੁਰੂ ਨੇ ਹਟਾਈ, ਜਿਸ ਗਰੀਬੀ ਦੀ ਗਦਾ ਨਾਲ ਮਿਹਨਤ ਦਾ ਫੌਲਾਦੀ ਸਰੀਰ ਬਣਦਾ ਸੀ ਉਹ ਮਿਹਨਤ ਵਿੱਚੋਂ ਬਾਹਰ ਨਿਕਲਦਾ ਬਾਹਰ ਜਾ ਕੇ ਮੌਤ ਦੇ ਲੋਕਾਂ ਦਾ ਸਬਜ਼ੀ ਦਿੰਦੇ ਮਤਲਬ ਮਿਹਨਤ ਸਬਜ਼ੀ ਨਹੀਂ ਉਹ ਪਰ ਅਸੀਂ ਆਪਣੇ ਕਰੇ, ਮੈਂ ਆਪਣੇ ਨਾਲ ਰਹਿਣ ਵਾਲੇ ਯੂਨੀਅਨ ਡਾਕਟਰ ਨੂੰ ਹੋ ਸਕਦਾ ਕਿ ਉਹਨੂੰ ਖਾ ਕੇ ਜ਼ੁਕਾਮ ਹੋਣ ਨਾਲ ਰੱਬ ਨੇ ਉਹ ਇੱਕ ਵਕਤ ਦਾ ਖਾਣਾ ਦੇ ਕੇ ਤੰਦਰੁਸਤੀ ਦਿੱਤੀ ਹੋਵੇ। ਤਾਂ ਇਹ ਜਿਹੜਾ ਸਮਝਣਾ ਹੈ, ਇਹ ਜਿਹੜੀ ਪਹੁੰਚ ਨੂੰ ਬਣਾਉਣਾ ਹੈ, ਇਹ ਗੁਰੂ ਦੇ ਨਾਲ ਦੁਆਰਾ ਸਿੱਖ ਹੀ ਬਣਾ ਸਕਦਾ ਹੈ, ਜਿਹੜਾ ਮਾਣ ਮਹਿਸੂਸ ਕਰਦਾ ਸ਼ੁਕਰ ਹੈ ਕਿ ਵਾਹਿਗੁਰੂ ਦਾ
हर का नाम भी जा रहा है
ਸਾਲ ਹੋ ਕੇ ਸਾਰੇ ਬੱਚੇ ਜਨਮ ਲੈਂਦੇ ਰਸ਼ਕਾਰ ਹੋਈ ਜਾ ਰਹੇ ਨੇ ਪਰ ਅਗਰ ਇਹਦੇ ਵਿੱਚੋਂ ਨਾ ਕੱਢਿਆ ਤਾਂ ਬ੍ਰੇਨ ਲਈ ਜਿੰਨੀਆਂ ਕਿ ਵੇਵ ਨੇ ਖਾਸ ਕਰਕੇ ਬੇਬੀ ਲਈ ਛੇ ਸਾਲ ਤੱਕ ਦੇ ਬੱਚੇ ਲਈ ਅਤੇ ਮੋਬਾਈਲ ਦੇ ਵਿੱਚੋਂ ਜਿਹੜੀਆਂ ਰੇਵ ਨਿਕਲ ਰਹੀਆਂ ਅਮਿਟ ਹੋ ਰਹੀਆਂ ਉਹ ਬਹੁਤ ਜ਼ਹਿਰੀਲੀਆਂ ਨੇ ਪਰ ਜਿਹਨਾਂ ਨੇ ਇਸ ਸਮਝ ਨੂੰ ਅਪਣਾ ਲਿਆ ਉਹ ਆਪਣੇ ਬੱਚੇ ਨੂੰ ਬਚਾ ਸਕਦੇ ਨਹੀਂ ਤਾਂ ਨਾਲ ਬੜੀਆਂ ਹੋਰ ਤਰ੍ਹਾਂ ਦੀਆਂ ਜਿਹੜੀਆਂ ਸਰੀਰ ਅੰਦਰ ਡਿਸਆਰਡਰਿੰਗਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਸਭ ਤੋਂ ਜੀ ਆਖਦੇ ਨੇ ਕਿ ਜਿਹੜਾ ਜੀਵਨ ਦੀ ਪਹੁੰਚ ਹੈ ਫਲਵਦਾਰ ਦੀ ਪਰਮਾਤਮਾ ਨੂੰ ਦਿੱਤੀ ਕੋਈ ਦਾਤ ਹੈ ਜਿੱਥੇ ਕੋਈ ਹੈ ਉਹਦੇ ਲਈ ਉਹਦਾ ਬਣਾਇਆ ਹੋਇਆ ਵਿਧਾਨ ਹੈ ਕਿਉਂਕਿ ਉਹ ਆਪ ਪੈਦਾ ਕਰਨ ਵਾਲਾ ਆਪ ਸਾਰੇ ਕਾਰਨਾਂ ਨੂੰ ਕਰਨ ਵਾਲਾ ਕੁਦਰਤ ਵਿਸ ਕੁਦਰਤ ਸੁਣੀ ਹੈ ਕੁਦਰਤ ਖੋ ਸੁਖ ਸਾ ਅਤੇ ਉਹਦੀ ਆਪਣੀ ਮਿਹਰਬਾਨੀ ਹੈ ਆਪਣਾ ਦਾਸ ਹਾਰ ਆਪ ਉਭਾਰੇਗਾ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ
Thank you.
I'm gonna
ਉਹ ਕਹਿੰਦਾ ਤਾਂ ਨਹੀਂ ਜਾਂਦਾ ਕਹਿੰਦਾ ਮੇਰਾ ਪਿਓ ਮੈਨਾਂ ਮੈਨੂੰ ਆਖਿਆ ਜੀ ਕੋਈ ਵੀ ਕਹਿੰਦਾ ਤੂੰ ਫੜੋ ਵਿੱਚ ਨਹੀਂ ਉਹ ਕਹਿੰਦਾ ਪਿਛਲੇ ਬਟਨ ਮਾਹ ਮੇਰੇ ਨਾਲ ਦਾ ਸੀਗਾ ਆਹ ਗੱਲ ਕੀ ਹੁੰਦਾ ਕਿ ਪਰਚਾ ਨੂੰ ਯਾਦ ਰੱਖਣਾ ਕੀ ਪਰਚਾ ਠੀਕ ਆ ਜੋ ਮਾਮਾ ਅਸਲ ਵਿੱਚ ਕੀ ਹੁੰਦਾ ਹੈ ਇਹਨਾਂ ਦਾ ਸੁਣਿਆ ਜਿੰਦਾ ਪਰ ਠੀਕ ਆ ਮੈਂ ਮੂਵੀ ਬੰਦ ਕੀਤਾ ਤੁਰੇ